ਇਹ ਪਿੰਜਰਾ ਬਾਈ 2x2 ਚੌੜਾ ਹੈਗਾ, ਸੂਤ ਉੱਚਾ, ਫੁੱਟ ਉੱਚਾ 1 ਫੁੱਟ। ਇਹਦਾ ਰੇਟ ਹੈਗਾ ਬਾਈ 600 ਰੁਪਈਆ। ਅਤੇ ਜਿਹੜੀ ਆ ਡੋਲੀ ਹੈਗੀ ਟਰਿਆਂ ਪਾ ਕੇ, ਇਹ ਹੈਗੀ ਆ 4500 ਦੀ, ਬਿਨਾਂ ਟਰਿਆਂ ਤੋਂ ਹੈਗੀ ਆ ਬਾਈ ਇਹ 3500 ਦੀ, 2x2 ਦਾ ਖਾਨਾ ਹੈਗਾ ਜਾਂ। ਅਤੇ ਬਾਕੀ ਆ ਗੋਲ ਪਿੰਜਰੇ ਪਏ ਨੇ, ਇਹ 800 ਰੁਪਈਏ ਦਾ ਬਾਈ ਇੱਕ। ਅਤੇ ਜਿਹੜੀਆਂ ਟਰਿਆਂ ਪਈਆਂ ਨੇ ਥੱਲੇ ਫੁੱਟ ਵਾਲੀਆਂ 80 ਦੀ, 1.5 ਫੁੱਟੀ 150 ਦੀ, ਅਤੇ 3 ਫੁੱਟੀ 250 ਦੀ ਆ ਬਾਈ। ਚਾਦਰਾਂ ਨੇ ਜਿਸਤੀ ਚਾਦਰ ਦੀਆਂ ਨੇ, ਕੱਪੜਾ ਬਾਈ 150 ਰੁਪਏ ਮੀਟਰ, ਜਿਹੜਾ ਮਰਜ਼ੀ ਕੱਪੜਾ ਲੈ ਸਕਦੇ ਤੁਸੀਂ ਆਪਣੇ ਕੋਲੋਂ। ਬਾਕੀ ਰੰਗ ਨੇ ਆਪਣੇ ਕੋਲ, ਨਾਕੀਆਂ ਹੋ ਗਈਆਂ, ਰੰਗ ਹੋ ਗਏ, ਅਤੇ ਠੱਲਾਂ ਹੋ ਗਈਆਂ, ਬਹੁਤ ਸਮਾਨ ਆ ਬਾਈ, ਜਿਹੜਾ ਕੁਛ ਮਰਜ਼ੀ ਲੈ ਲਓ, ਸਾਰਾ ਸਮਾਨ ਹੀ ਮਿਲਦਾ ਆਪਣੇ ਕੋਲੋਂ। ਪਿੰਡ ਨਾਗਰਾ ਬਾਈ, ਜ਼ਿਲ੍ਹਾ ਸੰਗਰੂਰ ਹੈਗਾ। ਅਤੇ ਰਿੰਕੂ ਬਾਬਾ ਬੋਲ ਰਿਹਾ ਬਾਈ ਮੈਂ ਨਾਗਰੇ ਤੋਂ, ਇਹ ਬਾਈ ਆਏ ਸੀ ਮੇਰੇ ਕੋਲ, ਇਹਦਾ ਸਮਾਨ ਦਾ ਰੇਟ ਦੱਸ ਬੋਲਦੇ ਬਾਬਾ। ਮੈਂ ਨੰਬਰ ਰੇਟ ਦੱਸਣ ਲੱਗ ਗਿਆ, ਬਾਕੀ ਮੇਰਾ ਨੰਬਰ ਹੈਗਾ ਬਾਈ 8778204437। ਤੁਸੀਂ ਬਾਕੀ ਜਾਣਦੇ ਹੋ ਬਾਈ ਮੈਨੂੰ ਲਗਭਗ ਸਾਰੀ। ਇਹ ਪਰ ਮੁੰਡਾ ਨਵਾਂ ਹੀ ਆਇਆ ਸੀ ਮੇਰੇ ਕੋਲ, ਚਲੇ ਗਿਆ ਮੈਂ ਵੀਡੀਓ ਬਣਾਉਣਾ, ਮੈਂ ਚਲੋ ਵੀਡੀਓ ਬਣਾਉਣਾ ਬਾਈ ਕੀ ਫਰਕ ਪੈਂਦਾ ਹੈਗਾ। ਅਤੇ ਬਾਕੀ ਬਾਈ ਇਹਨੂੰ ਦੱਬ ਕੇ ਸ਼ੇਅਰ ਕਰ ਦਿਓ, ਠੀਕ ਹੈ ਬਾਈ, ਸਬਸਕ੍ਰਾਈਬ ਵੀ ਕਰ ਦਿਓ, ਲਾਈਕ ਵੀ ਕਰ ਦਿਓ, ਅਤੇ ਬੈਲ ਵਾਲਾ ਬਟਨ ਜ਼ਰੂਰ ਦੱਬ ਦਿਓ ਤਾਂ ਕਿ ਸਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਈ, ਠੀਕ ਹੈ ਵੀਰੋ, ਦੱਬ ਕੇ ਸ਼ੇਅਰ ਕਰ ਦਿਓ ਬਾਈ।